ਸੈਂਚਰੀਸ ਨੇ ਉਹਨਾਂ ਨੂੰ ਅਸੀਂ ਬਿਲਕੁਲ ਕਲੀਅਰ ਔਰ ਬਹੁਤ ਵਿਚਾਰ ਤੋਂ ਬਾਅਦ ਇਹਦੇ ਵਿੱਚ ਆਰਡਰ ਦੇ ਵਿੱਚ ਦਰਜ ਕੀਤਾ ਹੈ। ਹੁਣ ਮੈਂ ਰੂਰਲ ਏਰੀਆ ਦੀ ਗੱਲ ਕਰਾਂ ਤਾਂ ਰੂਰਲ ਏਰੀਆ ਦੇ ਵਿੱਚ ਇਸੇ ਨੇਚਰ ਦੀਆਂ ਸਾਰੀਆਂ ਦੁਕਾਨਾਂ ਜਿਹਨੂੰ ਕਹਿੰਦੇ ਆ ਅਸੈਂਸ਼ਲਸ ਦੀਆਂ ਦੁਕਾਨਾਂ, ਉਹ ਸਾਰੀਆਂ ਖੁੱਲ੍ਹੀਆਂ ਰਹਿਣਗੀਆਂ। ਔਰ ਉਹਦੇ ਵਿੱਚ ਰੂਰਲ ਏਰੀਆ ਦੇ ਵਿੱਚ ਅਸੀਂ ਇਹ ਵੀ ਕੀਤਾ ਹੈ ਕਿ ਜਿਹੜੀਆਂ ਕੁਛ ਇਹ ਤੋਂ ਵੱਧ ਜਿਹੜੀਆਂ ਦੁਕਾਨਾਂ ਉਹ ਖੁੱਲ੍ਹ ਸਕਦੀਆਂ ਨੇ ਜਿਨ੍ਹਾਂ ਕੋਲ ਆਲਰੇਡੀ ਸਾਡੀਆਂ ਜਿਹੜੀਆਂ ਪਰਮਿਸ਼ਨਸ ਜਿਹਨੂੰ ਕਹਿੰਦੇ ਨੇ ਉਹ ਸਟੈਚੂਟਰੀ ਜਿਨ੍ਹਾਂ ਕੋਲ ਸ਼ੋਪ ਦੀਆਂ ਹੈਗੀਆਂ ਨੇ ਉਹ ਖੁੱਲ੍ਹ ਸਕਦੀਆਂ। ਔਰ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਨੇ ਉਹਨਾਂ ਦੇ ਵਿੱਚ ਅਸੀਂ ਇੱਕ ਪ੍ਰੋਟੋਕੋਲ ਦੀ ਵੀ ਇੱਕ ਐਡਵਾਈਜ਼ਰੀ ਇਹਦੇ ਨਾਲ ਲਗਾਈ ਹੈ ਕਿ ਹਰ ਵਿਅਕਤੀ ਨੇ ਆਪਣਾ ਆਪਣਾ ਜਿਹੜਾ ਹੈਗਾ ਕੋਵਿਡ-19 ਦੇ ਨੋਰਮਸ ਨੂੰ ਫੋਲੋ ਕਰਨਾ ਹੈ। ਅਸੀਂ ਬਹੁਤ ਵਾਰ ਇਹ ਰਿਪੀਟ ਕੀਤਾ ਹੈ ਕਿ ਕੋਵਿਡ-19 ਦੇ ਨੋਰਮਸ ਦੇ ਮੁਤਾਬਕ 2 ਮੀਟਰ ਦਾ ਡਿਸਟੈਂਸ ਜਿਹੜਾ ਹੈਗਾ ਉਹ ਰੱਖਣਾ ਮੈਂਡੇਟਰੀ ਹੈ। ਹੁਣ ਮੈਂ ਇਸ ਵਾਰੀ ਕੋਸ਼ਿਸ਼ ਇਹ ਵੀ ਕੀਤੀ ਹੈ ਕਿ ਵੀ ਇਹਨਾਂ ਆਰਡਰ ਦੇ ਵਿੱਚ ਦੁਕਾਨਾਂ ਦੀ ਸਾਫ਼ ਸਫਾਈ, ਦੁਕਾਨਾਂ ਦੇ ਅੰਦਰ ਦੀ ਜਿਹੜੀ ਹੈਗੀ ਹੈ ਸਾਂਭੋ ਸੰਭਾਲ, ਭਾਵ ਕਿ ਜੇਕਰ ਆਪਣਾ ਮੈਂ ਐਗਜ਼ਾਮਪਲ ਲੈਣਾ ਚਾਹੁੰਦਾ ਕਿ ਅੰਦਰ ਦੀ ਸਫਾਈ ਕਿੱਦਾਂ ਕਰਨੀ ਹੈ, ਅਸੀਂ ਉਸ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਤੁਸੀਂ ਡੇ ਟੂ ਡੇ ਬੇਸਿਸ ਉੱਪਰ ਸਫਾਈ ਕਿੱਦਾਂ ਰੱਖਣੀ ਹੈ, ਆਪਣੇ ਕਰਮਚਾਰੀ ਜਿਹੜੇ ਤੁਹਾਡੇ ਦੁਕਾਨਾਂ ਵਿੱਚ ਲੱਗੇ ਹਨ ਉਹਨਾਂ ਦੀ ਸੈਨੀਟੇਸ਼ਨ ਕਿੱਦਾਂ ਰੱਖਣੀ ਹੈ, ਉਹਨਾਂ ਵਾਸਤੇ ਇੱਕ ਤੁਹਾਡੇ ਵਾਸਤੇ ਜਿਹੜਾ ਐਡਵਾਈਜ਼ਰੀ ਉਸਦਾ ਪਾਰਟ ਹੈ, ਤਾਂ ਉਹ ਜ਼ਰੂਰੀ ਤੌਰ 'ਤੇ ਲੋਕ ਉਹਨੂੰ ਜ਼ਰੂਰ ਪੜ੍ਹਨ ਤਾਂ ਕਿ ਜਦੋਂ ਦੁਕਾਨ ਖੋਲ੍ਹਣ ਤਾਂ ਉਹ ਕੋਵਿਡ ਦੇ ਨੋਰਮਸ ਦੇ ਨੂੰ ਧਿਆਨ ਨਾਲ ਵਿਚਾਰਦਿਆਂ ਹੋਏ ਉਹਨੂੰ ਫੋਲੋਅਪ ਕਰਨ। ਮੇਰੀ ਇੱਥੇ ਇੱਕ ਸਟਰੋਂਗ ਸੁਜੈਸ਼ਨ ਹੈ ਲੋਕਾਂ ਲਈ ਕਿ ਜਿਨ੍ਹਾਂ ਦੇ ਦੁਕਾਨਾਂ 'ਤੇ ਬਾਹਰ ਰਸ਼ ਰਹੇਗਾ ਉਹ ਜ਼ਰੂਰ ਸਰਕਲ ਬਾਹਰ ਮਾਰਕ ਕਰਨ। ਸਰਕਲ ਮਾਰਕਿੰਗ ਦੇ ਨਾਲ ਨਾਲ ਅਗਰ ਕਿਤੇ ਆਪਾਂ ਉਹ ਬਾਹਰਲੇ ਪਾਸਿਓਂ ਅਗਰ ਲੋਕਾਂ ਦਾ ਵੀ ਉੱਥੇ ਅੰਦਰ ਆਉਣ 'ਤੇ ਕੰਟਰੋਲ ਕਰ ਲੈਂਦੇ ਹਾਂ ਤਾਂ ਕਾਫੀ ਹੱਦ ਤੱਕ ਜਿਹੜੀ ਹੈਗੀ ਹੈ ਇਹ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਏਗਾ। ਕਿਉਂਕਿ ਮੇਰਾ ਤਾਂ ਇੱਥੇ ਕਾਫੀ ਵੱਡਾ ਐਕਸਪੀਰੀਅੰਸ ਹੈ ਕਿ ਅਸੀਂ ਰੈੱਡ ਜ਼ੋਨ 'ਚੋਂ ਕਿਸ ਤਰ੍ਹਾਂ ਨਿਕਲ ਕੇ ਅਤੇ ਹੁਣ ਔਰੇਂਜ ਜ਼ੋਨ 'ਚ ਅਸੀਂ ਪਹੁੰਚੇ ਹਾਂ। ਤਾਂ ਇਹਦੇ 'ਚ ਸਿਰਫ ਇਹੀ ਰਿਹਾ ਕਿ ਜੇਕਰ ਲੋਕਾਂ ਨੇ ਪਟਲਾਵੇ ਦੇ ਏਰੀਏ ਦੇ ਲੋਕਾਂ ਨੇ ਜਾਂ ਉਸ ਏਰੀਏ ਦੇ 15 ਪਿੰਡਾਂ ਦੇ ਲੋਕਾਂ ਨੇ ਸਾਡੀ ਐਡਵਾਈਜ਼ਰੀ ਸਮੇਂ ਦੇ ਸਮੇਂ ਮੰਨੀ ਹੈ। ਔਰ ਮੇਰਾ ਇਹ ਵੀ ਮੰਨਣਾ ਹੈ ਕਿ ਸਾਡੇ ਇੱਥੇ ਸ਼ਹੀਦ ਭਗਤ ਸਿੰਘ ਨਗਰ ਦੇ ਲੋਕ ਹਮੇਸ਼ਾ ਹੀ ਐਡਵਾਈਜ਼ਰੀ ਮੰਨਦੇ ਰਹੇ ਹੈ। ਜਿਹੜਾ ਇਹ ਔਰਡਰ ਹੈ ਲੋਕਾਂ ਦੇ ਇੰਟਰਸਟ ਵਿੱਚ ਹੈ ਔਰ ਅਸੀਂ ਬੜੀ ਮਿਹਨਤ ਨਾਲ ਬਣਾਇਆ। ਮੈਂ ਆਪਣੇ ਸਾਰੇ SDMs ਨੂੰ ਸਪੈਸ਼ਲ ਤੌਰ 'ਤੇ ਹਦਾਇਤ ਕੀਤੀ ਹੈ ਕਿ ਉਹ ਆਪਣੇ ਆਪਣੇ ਏਰੀਏ ਵਿੱਚ ਜਿਹੜੇ ਤੁਹਾਡੇ ਬਾਜ਼ਾਰ ਦੇ ਜਿਹੜੇ ਨੁਮਾਇੰਦੇ ਨੇ ਬਹੁਤ ਸਤਿਕਾਰਯੋਗ, ਉਹ ਸਾਰਿਆਂ ਨਾਲ ਬੈਠ ਕੇ ਇਹਦੇ ਬਾਰੇ ਜਾਣਕਾਰੀ ਵੀ ਦੇਣ। ਕਿਸੇ ਦਾ ਕੋਈ ਸੁਝਾਅ ਹੈ ਅਸੀਂ ਓਪਨ ਟੂ ਡਿਸਕਸ਼ਨ ਹੈ। ਕੋਈ ਇਹ ਮੇਰੀ ਕੋਈ ਇੱਦਾਂ ਦੀ ਤਵੱਜੋ ਨਹੀਂ ਹੈ ਕਿ ਕੋਈ ਚੀਜ਼ ਇੰਪੋਜ਼ ਕਰ ਦੇਣੀ ਹੈ। ਅਸੀਂ ਸਾਰੀ ਗੱਲ ਨੂੰ ਸਮਝ ਕੇ ਅੱਗੇ ਵੀ ਜਾ ਸਕਦੇ ਹਾਂ, ਲੇਕਿਨ ਇਹਦੇ 'ਚ ਇਹ ਇੰਪੋਰਟੈਂਟ ਹੈ ਕਿ ਸੰਬੰਧਿਤ SDMs ਨੂੰ ਮੈਂ ਇੱਕ ਹੋਰ ਆਪਣੇ ਆਰਡਰ ਵਿੱਚ ਹੀ ਮੈਂਸ਼ਨ ਕੀਤਾ ਕਿ ਜੇਕਰ ਉਹ ਦੇਖਣ ਕਿ ਕਿਸੇ